ਦੀਆਂ ਗੱਲਾਂ ਕਰਦੇ ਆ ਕਬੱਡੀ ਤੇ ਤੂੰ ਤਾਂ ਲਾਉਂਦੇ ਆ ਕਬੱਡੀ ਨੂੰ ਬਦਨਾਮ ਕਰਦੇ ਆ। ਜੇ ਸੰਦੀਪ ਦੇ ਗੈਂਗਸਟਰਾਂ ਨਾਲ ਬਦਮਾਸ਼ਾਂ ਨਾਲ ਸੰਬੰਧ ਸੀ ਤੇ ਫਿਰ ਸੰਦੀਪ ਨੂੰ ਇਦਾਂ ਕਿਉਂ ਕੀਤਾ ਉਹਨਾਂ ਨੇ? ਜੇ ਅਸੀਂ ਬਦਮਾਸ਼ਾਂ ਨਾਲ ਰਹਿੰਦੇ ਹਾਂ ਤੇ ਫਿਰ ਬਦਮਾਸ਼ ਸਾਨੂੰ ਕਿਉਂ ਮਾਰਦੇ ਆ? ਇੱਕ ਤਾਂ ਸਾਡਾ ਬੰਦਾ ਚਲਿਆ ਗਿਆ, ਦੂਜੇ ਸਾਡੇ ਪੂਰੀ ਲਿੰਕ ਸਾਫ਼ ਕਰਨ ਤੇ ਹੋਏ ਆ ਵੀ ਇਹ ਬਦਮਾਸ਼ਾਂ ਨੇ, ਇਹਨਾਂ ਦੇ ਲਿੰਕ ਨੇ। ਆ ਇੱਕ ਵੀਰ ਕਹੀ ਜਾਂਦਾ, ਇੱਕ ਕਿਉਂ ਹੁਣ ਤਾਂ ਕਹੀ ਜਾਂਦੇ ਆ ਵੀ ਕਬੱਡੀ ਅੱਗੇ ਸਾਰਾ ਕੁਝ ਫਿਕਸ ਹੈ। ਆ ਕਬੱਡੀ ਦੇ ਜ਼ਿਆਦਾਤਰ ਕਬੱਡੀ ਦੇ ਖਿਡਾਰੀ ਖੜੇ ਆ, ਇੱਕ ਬੰਦਾ ਇਹਨਾਂ ਜੋ ਬਾਂਹ ਖੜੀ ਕਰਕੇ ਕਹਿੰਦੇ ਮੈਂ ਧੌਣ ਲਵਾ ਦੂੰ ਬਈ ਤੈਨੂੰ ਕਿਸੇ ਨੇ ਜਿੱਤਣ ਹਾਰਨ ਨੂੰ ਕਿਹਾ। ਆ ਬੰਦੇ ਖੜੇ ਆ ਟੇਲਰ ਵਾਲੇ ਆਪਦੇ ਤੌਰ ਤੇ ਪੁੱਛ ਲਿਓ ਵੀ ਕਬੱਡੀ ਵਾਲੇ ਤੁਹਾਨੂੰ ਕਿਸੇ ਨੇ ਕਿਹਾ ਇੱਥੇ ਤੂੰ ਹਾਰ ਜਾ ਇੱਥੇ ਤੂੰ ਜਿੱਤ? ਇਹ ਗੱਲਾਂ ਕਬੱਡੀ ਚ ਨੀ ਹਲੇ ਆਈਆਂ। ਇੱਦਾਂ ਬਦਨਾਮ ਨਾ ਕਰੋ, ਕਿਸੇ ਦੀ ਮਿੱਟੀ ਨਾ ਪੱਟੋ। ਆਪਾਂ ਸਾਰਿਆਂ ਨੂੰ ਪਤਾ ਵੀ ਕਦੋਂ ਤੋਂ ਕਬੱਡੀ ਦੀਆਂ ਫੈਡਰੇਸ਼ਨਾਂ ਚੱਲ ਰਹੀਆਂ, ਕਦੋਂ ਤੋਂ ਕਬੱਡੀ ਹੋ ਰਹੀ ਹੈ। ਜੋ ਕੁਛ ਸੰਦੀਪ ਨੰਗਲੰਬੀਆਂ ਨੇ ਕਰਤਾ ਕਬੱਡੀ ਚ ਅੱਜ ਤੱਕ ਹੋਇਆ ਸੀ ਤਾਂ ਦੱਸੋ। 3 ਸਾਲ ਹੋਏ ਆ ਮੇਜਰ ਲੀਗ ਚੱਲਦਿਆਂ ਨੂੰ, ਸਾਰਾ ਕੁਝ ਆਡਿਟ ਹੈ। 25-25 ਦਾ ਹਿਸਾਬ ਜਿਹੜੇ ਵੀ ਵੀਰ ਨੇ ਲੈਣਾ ਜਦੋਂ ਮਰਜ਼ੀ ਸਾਨੂੰ ਦੱਸ ਕੇ ਲੈ ਲੈ। ਕੱਲੀ ਕੱਲੀ ਗੱਲ ਦੱਸ ਦਿਆਂਗੇ ਵੀ ਕਿੱਥੇ ਕੀ ਲੱਗਿਆ ਤੇ ਕਿੱਥੋਂ ਕੀ ਆਇਆ। ਮਿਹਰਬਾਨੀ ਕਰਕੇ ਵੀਰਾਂ ਨੂੰ ਬੇਨਤੀ ਆ, ਕਬੱਡੀ ਨੂੰ ਬਦਨਾਮ ਨਾ ਕਰੋ। ਯੋਧਾ ਜੀ ਕਬੱਡੀ ਦਾ ਸਾਡੇ ਲਈ ਸ਼ਹੀਦ ਆ, ਇਹਨਾਂ ਗੱਲਾਂ ਤੋਂ ਹਟ ਜਾਓ। ਜੇ ਬਦਮਾਸ਼ਾਂ ਨਾ ਉਹਦੇ ਜਾਂ ਸਾਡੇ ਲੈ ਹੁੰਦੇ, ਸਾਨੂੰ ਆ ਕੁਛ ਅੱਜ ਦੇਖਣਾ ਨਾ ਪੈਂਦਾ। ਸੋ ਇੱਕ ਹੋਰ ਬੇਨਤੀ ਆ ਮੇਰੀ, ਕੋਈ ਵੀਰ ਮਾਈਂਡ ਨਾ ਕਰ ਜੇ, ਜਿਸ ਵੀ ਵੀਰ ਭਰਾ ਨੇ ਜਾਂ ਕਿਸੇ ਬੁਲਾਰੇ ਨੇ ਬੋਲਣਾ, ਸਿਰਫ ਤੇ ਸਿਰਫ ਸੰਦੀਪ ਦੇ ਸੰਬੰਧ ਤੇ ਬੋਲਿਆ ਜਾਵੇ, ਕਿਉਂਕਿ ਆਪਾਂ ਉਹ ਇਨਸਾਫ ਲੈਣ ਲਈ ਬੈਠੇ ਆ ਇੱਥੇ। ਸਾਨੂੰ ਪਤਾ ਲੱਗੇ ਸਾਡੇ ਬੰਦੇ ਨੂੰ ਕੀ ਹੋਇਆ, ਕਿਹਨੇ ਕੀਤਾ। ਪ੍ਰਸ਼ਾਸਨ ਤੋਂ ਸਾਨੂੰ ਆਸ ਹੈ ਇਸ ਚੀਜ਼ ਦੀ ਵੀ ਸਾਨੂੰ ਇਹ ਚੀਜ਼ ਦਾ ਇਨਸਾਫ਼ ਦਿੱਤਾ ਜਾਵੇ, ਨਹੀਂ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਜਿੱਥੇ ਬੰਦੀਆਂ ਸਾਰੀਆਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਸਾਡੇ ਨਾਲ ਖੜੀਆਂ ਅੱਜ ਆ ਕੇ। ਇਹ ਕਿਹਨੇ ਕਰਾਇਆ ਇਹ ਚੀਜ਼ ਸਾਡੇ ਸਾਹਮਣੇ ਆ ਜੇ, ਕਿਉਂ ਕਰਾਇਆ? ਅਸੀਂ ਹੋਰ ਕੁਛ ਨੀ ਮੰਗਦੇ, ਕੀ ਕਰਾਇਆ, ਕਿਉਂ ਕਰਾਇਆ, ਕਿਹਨੇ ਕਰਾਇਆ, ਇਹੀ ਸਾਨੂੰ ਸਵਾਲ ਦਾ ਜਵਾਬ ਚਾਹੀਦਾ। ਬਾਕੀ ਜੋ ਉੱਥੇ ਜਥੇਬੰਦੀ ਨੇ ਆਪਣੀ ਫੈਡਰੇਸ਼ਨ ਨੇ ਜਥੇਬੰਦੀਆਂ ਦਾ ਸਾਥ ਦਿੱਤਾ ਦਿੱਲੀ ਮੋਰਚੇ ਚ, ਉਹ ਸਾਰੀ ਸੰਦੀਪ ਦੀ ਸੋਚ ਸੀ ਵੀ ਏਦਾਂ ਏਦਾਂ ਕਰਕੇ ਆਪਾਂ ਕਰਨਾ ਸਾਰਾ ਉਹਦਾ। ਇੱਥੇ ਪਹਿਰਾ ਸੀ, ਇੰਗਲੈਂਡ ਤੋਂ ਸਪੈਸ਼ਲ ਆਇਆ ਉਹ ਮੋਰਚੇ ਲਈ ਮੈਚ ਖੇਡਣ, ਉੱਥੋਂ ਖੇਡ ਕੇ ਉੱਥੇ ਵਾਪਸ ਚਲਾ ਗਿਆ। ਇੰਗਲੈਂਡ ਤੋਂ ਇੱਦਾਂ ਆ ਗਿਆ ਵੀ ਜਿੱਦਾਂ ਮੋਗੇ ਜਲੰਧਰ ਤੋਂ ਆਉਂਦਾ ਹੁੰਦਾ, ਤੇ ਇੱਥੇ ਆਪਾਂ ਉਹਨੂੰ ਦੇਣ ਲੱਗੇ ਨੇ ਮਿੱਟੀ ਪੱਟਣ ਲੱਗੇ। ਜੇ ਕੁਛ ਨਹੀਂ ਕਰ ਸਕਦੇ ਮੇਰੇ ਵੀਰ, ਉਹਨੂੰ ਭੰਡੋ ਨਾ। ਤੇ ਬਾਕੀ ਪ੍ਰਸ਼ਾਸਨ ਅੱਗੇ ਦੁਆਰਾ ਤੋਂ ਸਾਡੀ ਇਹ ਬੇਨਤੀ ਆ ਵੀ ਸਾਨੂੰ ਇਨਸਾਫ਼ ਦਵਾਇਆ ਜਾਵੇ, ਕਿਹਨੇ ਕੀਤਾ, ਕਿਉਂ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।